बहुत तगड़ा फाइनल खेडा जाना वीरे चैनेवाल वर्स फतेहपुर यूपी बहुत तगड़ा मैच लगना है चैनेवाल च सचिन ते जस्सा रैसर फतेहपुर यूपी च शेरू ढाबा ते यूपी शास्त्री बहुत तगड़ा फाइनल खेडा जाना शेयर जरूर कर दिओ सारे भरा जिन्हें लाइव जुड़ी जाने बई एंड मैच ही लगना एंड कल नू वीरे जग्गा गल भाई गल साहब लल तो कलां कल टूरनामेंट लल तो कलां मीडियम टूरनामेंट टॉप नॉच कप होना पूरा टांस होगी कैप्शन दूजे फोन तो करिए चेंज जो फोन भी देखिए किथे है नो सर वरिंदर नु थैंक यू कर दियो शेयर वीरे बहुत तगड़ा मैच लगना जी ओ तेरे मूव किथे लगू मैं लाई नहीं तन्नू ता हड ने भाई जी कमेंट करके दसो लाइव ठीक चली जांदा फाइनल दियां शुरुआतां चलाओ दिखा दो धन्यवाद जी अमन कंबोज जी बहुत बहुत धन्यवाद सारे भरावां गुरप्रीत रामगढ़िया श्रीकांत त्यागी नाजर कुरेसी जसन भंगू वरिंदर भंगू सारे भरावां धन्नवाद जी मनो आनंद वीरे मैं माड़ा कैप्शन चेंज कर दिया फाइनल का कैप्शन नहीं मैं लिखा लाइव दा विक्की भाई ओके रिपोर्ट है पर रोटेशन वाला मसला और रोटेट नहीं हो रहा अपना लाइव मगरों फेसबुक वालों ही कोई एरर आउंदी है कि करी चलो शेयर सारे भरा वीरे फाइनल मैच है जी चैनेवाल वर्स यूपी रोटेशन दी फतेहपुर किसे नूं बाद दे विच आ जांदी अज आपां नूं आई है कि पहला किरां सैट कर लिया सीगा हुण दुबारा फेर प्रॉब्लम आ गई पहला हुण तक मैं माड़ा फाइनल दा कैप्शन लिखदा फिर पढ़दे आं कमेंट भाई ते हुण वेखो अगे की बणदा मैनूं आए चला फाइनल मैच इक दिखा लगे आ ना कल नू आप करा फिर सारी सैट रोटेशन रैफरी भी आ गया मेरा वीर हम शुरू कर दो मैच मेरा वीर बहुत तगड़ा मैच खेडा जाऊगा दोनों टीम अपने को फाइनल दी पुज गई ने दसो की है डिसीजन मेरा वीर हम आप मैच चालू कर दी फाइनल मैच है एक पासे यूपी आले मुंडे और एक पासे पंजाब दे जिले मानसा की टीम है मैंडी शर्मा क्लब चैनेवाल की टीम बहुत चोटी का फाइनल आप वेखन मिलना है बेस्ट शूटर दे बेस्ट नैटमैन के लिए है एलईडिया दित्तियां जाणगियां वीर साडे कहिंदे वी जिहड़ा वधिया खिडारी प्रदर्शन करूगा उहदे लई मान फोड़गे क्या बात है ओके ओके विकेट लो भाई सही है फिर सारे ही प्रॉब्लम हैगी है ना रोटेशन दी अर्शदीप मेरे वीर फोन रोटेशन लाओ जी तगड़े मैच की शुरुआत होने लगी है जी
ਬਹੁਤ ਤਕੜਾ ਫਾਈਨਲ ਖੇਡਿਆ ਜਾਣਾ ਬਾਈ ਸਹੀ ਯਾਰ ਸਲੀਪ ਹੈਲੋ ਬਾਈ ਜੀ ਫਾਈਨਲ ਦੀ ਸ਼ੁਰੂਆਤ ਹੋਣ ਲੱਗੀ ਆ ਵੀਰੇ ਜਿੰਨੇ ਕਦੀਰ ਤੁਸੀਂ ਬੈਠੇ ਹੋ ਐਂਡ ਮੈਚ ਹੀ ਲੱਗਣਾ ਐਂਡ ਬਹੁਤ ਵਧੀਆ ਵੀਰੇ ਮੈਚ ਆਪਾਂ ਨੂੰ ਵੇਖਣ ਨੂੰ ਮਿਲਣਾ ਮੇਰਾ ਵੀਰਵਾਰ ਕੇ ਤੋਂ ਦੀ ਫਾਈਨਲ ਦੀ ਦੋਨਾਂ ਟੀਮਾਂ ਲਈ ਯਾਰ ਜ਼ੋਰਦਾਰ ਤਾਲੀ ਮਾਰੋ ਮੇਰਾ ਵੀਰ ਬਣ ਕੇ ਕਾਕਾਰ ਦੀ ਟੱਕਰ ਹੋਈ ਆ ਸਜਨ ਨਾਲ ਰੁੱਪੀ ਦੀ ਟੱਕਰ ਕਰਦੇ ਕੋਈ ਨਾ ਵੀਰੇ ਦੇ ਨਾਲ ਆਓ ਦੇਖਾਂਗੇ ਪਹਿਲੀ ਸਰਵਿਸ ਕੌਣ ਕਰਦਾ ਹੈ ਪਹਿਲਾ ਨੰਬਰ ਕੌਣ ਜੋੜਦਾ ਆਪਣੀ ਟੀਮ ਦੇ ਲਈ ਔਰ ਬੈਸਟ ਖਿਡਾਰੀਆਂ ਦੇ ਲਈ ਕਹਿੰਦੇ ਐਲਈਡੀਆਂ ਨੇ ਬੈਸਟ ਨੈਟਮੈਨ ਤੇ ਬੈਸਟ ਸ਼ੂਟਰ ਦੇ ਲਈ ਹੈ ਵੇਖਾਂਗੇ ਕਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਜਿਨ੍ਹਾਂ ਦੇ ਘਰ ਦਾ ਸ਼ਿੰਗਾਰ ਬਣ ਜਾਣਾ ਐਲਈਡੀਆਂ ਦੇ ਔਰ ਕਹਿੰਦੇ ਫੈਸਲੇ ਹੋਣਗੇ ਪਰ ਜ਼ੋਰ ਜਿਹੜਾ ਸਾਰਾ ਲੱਗ ਜਾਣਾ ਹੈ ਜਿਹੜਾ ਵਧੀਆ ਖੇਡੂਗਾ ਪ੍ਰਬੰਧਕ ਵੀਰ ਕਹਿੰਦੇ ਤੀਰੇ ਮਨ ਨੂੰ ਲੱਗਿਆ ਤੇ ਉਹਨੂੰ ਵੀਰ ਸਾਡੇ ਕਹਿੰਦੇ ਐਲਈਡੀ ਦੇਵਾਂਗੇ ਆਪਾਂ ਔਰ ਮਾਣ ਵੱਡੇ ਹੋਣਗੇ ਲੈ ਵੀ ਕਰ ਦੋ ਸ਼ੁਰੂ ਮੈਚ ਗੁਰਾਂ ਦਾ ਲਾਲ ਜਿੱਥੇ ਵੀ ਹੈ ਕਿਰਪਾ ਕਰਕੇ ਆਵੇ ਗਰਾਊਂਡ ਦੇ ਨੇੜੇ ਔਰ ਕਹਿੰਦੇ ਸਵਾਦ ਵੱਧ ਜਾਣਾ ਮੈਚ ਦਾ ਵੀ ਰਿਕਾਰਡ ਕਈ ਬਣ ਜਾਣਗੇ ਤੇ ਕਈ ਟੁੱਟ ਜਾਣੇ ਆ ਦਿਖਾਣ ਬੱਦੀ ਧਰਤੀ ਹੈ ਔਰ ਫਾਈਨਲ ਮੈਚ ਜਿਹੜਾ ਖੇਡਦੇ ਮੈਦਾਨ ਚ ਆਪਾਂ ਸ਼ੁਰੂ ਕਰਨ ਲੱਗੇ ਜੀ ਹੈਲੋ ਕਰਦੀ ਹੈ ਜੀ ਮੈਚ ਸ਼ੁਰੂ ਆਪਾਂ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਕਿੰਨੇ ਨੰਬਰਾਂ ਦਾ ਹੁਣੇ ਇੱਕ ਵਜੇ ਜਿਹੜਾ ਮੈਚ ਸਮਾਪਤ ਹੋਇਆ ਸੀ ਤੇ ਸਵਾ ਇੱਕ ਦਾ ਸਮਾਂ ਹੋ ਗਿਆ ਅੱਧੇ ਘੰਟੇ ਦੀ ਰੈਸਟ ਬਹੁਤ ਆ ਵੀਰੇ ਕਰਦੀਏ ਜੀ ਮੈਚ ਆਪਾਂ ਸ਼ੁਰੂ ਕਿੰਨੇ ਦਾ ਮੈਚ ਆ ਸੋਹਣੇ ਵੀਰੋ ਸਤਾਰਾਂ ਦਾ ਹੀ ਰੱਖਿਓ ਮੈਚ ਸਤਾਰਾਂ ਦਾ ਮੈਚ ਹੋਣਾ ਵੀਰੇ ਬਹੁਤ ਤਕੜਾ ਮੈਚ ਖੇਡਿਆ ਜਾਣਾ ਕਰ ਦਿਓ ਸ਼ੇਅਰ ਸਾਰੇ ਭਰਾ ਖੰਡੇ ਖੜਕਣੇ ਆ ਬਾਬਾ ਕਾਲੇ ਕਿਆਂ ਵਾਲਾ ਕੋਈ ਜ਼ਰੂਰੀ ਕੰਮ ਗਿਆ ਸੀ ਅਜੇ ਮੁੜ ਕੇ ਨਹੀਂ ਆਇਆ ਮੇਰਾ ਵੀਰ ਉਹ ਕਿਰਪਾ ਕਰਕੇ ਆਪਣੇ ਸਾਥੀਆਂ ਨਾਲ ਸੰਪਰਕ ਕਰ ਲਵੇ ਮੁੰਡੇ ਪਿੰਡ ਜਾਣ ਵਾਲੀਓ ਖੜੇ ਆ ਕਾਲੇ ਕਿਆਂ ਵਾਲਾ ਬਾਬਾ ਕੋਈ ਜ਼ਰੂਰੀ ਕੰਮ ਗਿਆ ਹੋਇਆ ਇੱਥੇ ਪਿੰਡ ਦੇ ਵਿੱਚ ਹੀ ਉਹਦੇ ਸੰਗੀ ਸਾਥੀਆਂ ਨੂੰ ਬੇਨਤੀ ਫਿਰ ਉਹ ਨੇੜੇ ਕਰ ਦੇ ਬਾਬਾ ਗੱਡੀ ਚ ਨਾ ਸੌਂਗਾ ਵੀ ਜਾ ਕੇ ਵੀਰੇ ਦੇਖ ਲਓ ਕਿਵੇਂ ਵਿੱਕੀ ਸਮਝਿਆ ਨੀ ਗੱਲ ਵੀਰੇ ਕਰਦੀ ਹੈ ਜੀ ਮੈਚ ਸ਼ੁਰੂ ਆਪਾਂ ਮੇਰੀ ਬੇਨਤੀ ਹੈ ਬੈਸਟਾਂ ਦੇ ਲਈ ਐਲਈਡੀਆਂ ਹੋਣਗੀਆਂ ਤੇ ਪ੍ਰਬੰਧਕੀ ਕਮੇਟੀ ਕਹਿੰਦੀ ਹੈ ਵੀ ਜਿਹੜਾ ਵੀ ਪਲੇਅਰ ਸਾਨੂੰ ਚੰਗੇ ਲੱਗੇ ਤੇ ਆਪਾਂ ਉਹਨੂੰ ਬੈਸਟ ਕੱਢ ਦੇਣਾ ਬੜੀ ਵਧੀਆ ਸੋਚ ਆ ਮੁੰਡਿਆਂ ਦੀ ਔਰ ਜਲਦੀ ਕਰੀਏ ਵੀਰੇ ਆਪਾਂ ਰੈਫਰੀ ਬਾਈ ਮਾਰੋ ਵਿਸਲ ਭਰਾ ਬਣ ਕੇ ਚਲਾਓ ਵੀਰੇ ਮੈਚ ਮੁੰਡਿਓ ਰੈਫਰੀ ਕੌਣ ਆ ਬਾਈ ਮਾਰੋ ਵਿਸਲ ਜੱਸੂ ਯੂਪੀ ਚ ਬਾਹਰੋਂ ਸ਼ੇਰੂ ਢਾਬਾ ਤੇ ਯੂਪੀ ਸ਼ਾਸਤਰੀ ਵੀਰੇ ਯੂਪੀ ਫਤਿਹਪੁਰ ਚ ਛੋਟੂ ਫਤਿਹਪੁਰ ਖੜੇ ਹੋਵੋ ਯਾਰ ਇੱਕ ਵਾਰੀ ਬਾਲ ਫੜੋ ਭਰਾ ਬਣ ਕੇ ਮੈਚ ਸ਼ੁਰੂ ਕਰੋ ਬਿਲਕੁਲ ਸਹੀ ਹੈ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਗਿੱਲ ਸਾਹਿਬ ਸ਼ੁਕਰੀਆ ਤੁਹਾਡਾ ਜਸਪ੍ਰੀਤ ਭੰਗੂ ਬਾਈ ਦਾ ਵੀ ਧੰਨਵਾਦ ਬਹੁਤ ਬਹੁਤ ਵੱਡੀਆਂ ਸਪੋਰਟਾਂ ਭਰਾ ਵੱਲੋਂ ਕਿਆ ਬਾਤ ਹੈ ਹਾਂਜੀ ਮੁੰਡੇ ਚੈਨੇ ਵਾਲੀਏ ਕੈਮਰੇ ਸਾਹਮਣੇ ਦੂਜੀ ਸਾਈਡ 'ਤੇ ਟੀਮ ਯੂਪੀ ਫਤਿਹਪੁਰ ਇੱਧਰ ਜੱਸਾ ਅਤੇ ਸਚਨ ਖੇਡਦੇ ਆ ਸ਼ਤੀਰ ਵਾਲੀਆ ਚੈਨੇ ਵਾਲੇ 'ਚ ਪਰਮੋਰੀ ਮੁੰਡੇ ਦੂਜੀ ਸਾਈਡ 'ਤੇ ਯੂਪੀ ਫਤਿਹਪੁਰ 'ਚ ਚਲੋ ਯੂਪੀ ਸ਼ਾਸਤਰੀ ਕਰੋ ਸ਼ੁਰੂ ਮੈਚ ਮੇਰਾ ਵੀ ਹੋਣਗੇ 21,000 ਤੇ 15,000 ਪ੍ਰਾਈਜ਼ ਹੈ 6,000 ਦਾ ਕਹਿੰਦੇ ਫਰਕ ਕਰ ਦੋ ਐਲਈਡੀਆਂ ਥੈਂਕ ਯੂ ਜਸਪ੍ਰੀਤ 36,000 ਦੇ ਦੋ ਐਲਈਡੀਆਂ ਦਾ ਜਿਹੜਾ ਫਾਈਨਲ ਆ ਆਪਣੇ ਕੋਲ ਸ਼ੁਰੂ ਹੋਣ ਲੱਗਿਆ ਬਹੁਤ ਵੱਡੀ ਟੱਕਰ ਹੈ ਔਰ ਦੋਨੋਂ ਟੀਮਾਂ ਜਿਹੜੀਆਂ ਮੰਨੀਆਂ ਪ੍ਰਬੰਧੀਆਂ ਟੀਮਾਂ ਨੇ ਜਸਪ੍ਰੀਤ ਭੰਗੂ ਔਰ ਨਾਲ ਹੀ ਉਧਰ ਜਸਪ੍ਰੀਤ ਭੰਗੂ ਆ ਸਾਡਾ ਵੀਰ ਜੱਗਾ ਗਿੱਲ ਸਾਡਾ ਵੀਰ ਸਾਫੂ ਵਾਲੀ ਆ ਉਹ ਵੀ ਅੱਜ ਦੇਖੇ ਟੂਰਨਾਮੈਂਟ ਦੇ ਨਾਲ ਲਾਈਵ ਤੇ ਆ ਵਾਲੀਬਾਲ ਸ਼ੂਟਿੰਗ ਔਨ ਫਾਇਰ ਪੇ ਦੇ ਜ਼ਰੀਏ ਔਰ ਇੱਧਰ ਫਾਈਨਲ ਬਹੁਤ ਵਧੀਆ ਖੇਡਿਆ ਜਾਊਗਾ ਜਲਦੀ ਦੇ ਨਾਲ ਮੈਚ ਦੀ ਕਰ ਲਈਏ ਸ਼ੁਰੂਆਤ ਮੇਰੇ ਵੀਰ ਹੁਣ ਆਪਾਂ ਜ਼ਿਆਦਾ ਦੇਰੀ ਨਾ ਲਾਈਏ ਪਹਿਲਾ ਨੰਬਰ
ਜ਼ਰੂਰ ਜ਼ਰੂਰ ਜਸਪ੍ਰੀਤ ਖੇਡ ਦੋ ਵੀਰੇ ਬਣ ਕੇ ਯਾਰ ਜ਼ਰੂਰ ਆ ਬੜਾ 24 ਤਰੀਕ ਨੂੰ ਅਗਰਾਹਾਂ ਬਾਈ ਦੋ ਪਲੇਅਰ ਬਾਹਰੋਂ ਤਗੜੇ ਸੈੱਟ ਬਣ ਗਏ ਅਗਰਾਹਾਂ ਵੀ ਬਹੁਤ ਤਗੜੇ ਮੈਚ ਲੱਗਣੇ ਆ ਬਾਈ ਅਗਰਾਹਾਂ ਖੜੋ ਯਾਰ ਵੀਰ ਬਣ ਕੇ ਮੇਰੀ ਬੇਨਤੀ ਆ ਵੀ ਆਪਾਂ ਮੈਚ ਸ਼ੁਰੂ ਕਰੀਏ ਭਰਾ ਬਣ ਕੇ ਪਰਵਾਲੀ ਤੇ 30 ਨੂੰ ਕੁੱਲੀ ਆਉਣ ਵਾਲੇ ਸੁਪਰ ਕੱਪ ਠੀਕ ਆ ਠੀਕ ਆ ਠੀਕ ਆ ਵਿੱਕੀ ਵੀਰੇ ਮੈਂ ਸਮਝ ਗਿਆ ਸੀ ਗੱਲ ਕੋਈ ਚੱਕਰ ਨਹੀਂ ਲਓ ਜੀ ਇੱਕ ਤਗੜੇ ਮੈਚ ਦੀ ਸ਼ੁਰੂਆਤ ਹੋ ਗਈ ਹੈ ਫਾਈਨਲ ਦੀ ਸ਼ੁਰੂਆਤ ਹੋਣ ਲੱਗੀ ਹੈ ਪਹਿਲੀ ਸਰਵਿਸ ਕਰਨ ਦੇ ਲਈ ਰਾਏਸਰੀਆ ਜੱਸਾ ਤਿਆਰ ਬਰ ਤਿਆਰ ਹੈ ਨਾਲ ਖੱਬੇ ਪਾਸੇ ਛਤੀਰ ਵਾਲੀ ਪਿੰਡ ਦਾ ਕਹਿੰਦੇ ਸੱਜਣਾ ਮੇਰੇ ਮਿੱਤਰੋ ਆਓ ਚੋਟੀ ਦਾ ਜਿਹੜਾ ਫਾਈਨਲ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕਿਆ ਨਾਲ ਰਾਜਵਿੰਦਰ ਹੈ ਆਓ ਬੱਲੇ ਬੱਲੇ ਹੋ ਗਈ ਹੈ ਲਓ ਪਹਿਲਾ ਨੰਬਰ ਕਹਿੰਦੇ ਚੈਣਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਨਾਲ ਚੈਣਿਆਂ ਵਾਲੀਆਂ ਜੁਝਾਰ ਹੈ ਬਾਬੇ ਵਰਗੇ ਖੇਡਦੇ ਮੁੰਡੇ ਹੈ ਜਿੱਟ ਤੇ ਪਰਮ ਖੇਡਦਾ ਹੈ ਗੱਡੀ ਦੇ ਨਾਲ ਸਨਮਾਨਿਆ ਜਾਣ ਵਾਲਾ ਖਿਡਾਰੀ ਹੈ ਪਰ ਪਹਿਲਾ ਪੁਆਇੰਟ ਆਓ ਮੈਂ ਤੱਕ ਰਿਹਾ ਵੀ ਮੈਂਡੀ ਸ਼ਰਮਾ ਕਲੱਬ ਚੈਣਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਨੰਬਰ ਹੁਣ ਦੂਜਾ ਜੁੜੂਗਾ ਤੇ ਜਾਫਰ ਹੁੰਦੀ ਸਰਵ ਚੇਂਜ ਗੱਲ ਤੇ ਜਿਹੜੀ ਮੌਕੇ ਦੀ ਹੈ ਉਧਰ ਕਹਿੰਦੇ ਚੱਲਦੇ ਟਾਈਮ ਦਾ ਵੱਡਾ ਮਾਲਾ ਹੈ ਢਾਬਾ ਵਾਲਾ ਸ਼ੇਰੂ ਹੈ ਇਧਰਲੇ ਪਾਸੇ ਮੇਰੇ ਮਿੱਤਰੋ ਉਹ ਸ਼ੇਰੂ ਦਾ ਕਹਿੰਦੇ ਜੁੰਡੀ ਦਾ ਯਾਰ ਖੇਡਦਾ ਪਿਆ ਛਤੀਰ ਵਾਲੀ ਪਿੰਡ ਦਾ ਕਹਿੰਦੇ ਸੱਜਣਾ ਹੈ ਵੀ ਬੱਲੀਏ ਬਣਾਂਗੇ ਝਾਂਜਰ ਤੇਰੀ ਹੈ ਉਹ ਨਾਲ ਨਾਲ ਤੇਰੇ ਤੁਰਨਾ ਤੇ ਜਾਂ ਮਿੱਤਰ ਬਣਦਾ ਜਾਂ ਬਣ ਜਾਣਾ ਸੁਰਮਾ ਬਣ ਜਾਵਾਂਗੇ ਜਾਂਦੀ ਤੇਰੀ ਦੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਨੰਬਰ ਦੂਜਾ ਜੋੜਦਾ ਤੀਜਾ ਹੁਣ ਜੁੜਦਾ ਜਾਂ ਨਹੀਂ ਚੇਂਜ ਹੁੰਦੀ ਆ ਗੱਲ ਮੌਕੇ ਦੀ ਉਧਰ ਢਾਬਾ ਵਾਲਾ ਉਹ ਨਾਲ ਮੈਂ ਤੱਕ ਰਿਹਾ ਵੀ ਕਲਾਕਾਰ ਕਹਿੰਦੀ ਆ ਦੁਨੀਆਂ ਜੋਗਿੰਦਰ ਨਾਮ ਹੈ ਸ਼ਾਸਤਰੀ ਕਹਿੰਦੇ ਨੇੜੇ ਰਹਿਣ ਵਾਲੇ ਤੇ ਨਾਲ ਛੋਟੂ ਆ ਫਤਿਹਪੁਰੀ ਆ ਟੀਮ ਕਹਿੰਦੇ ਟਾਪ ਦੀ ਬਣਾਈ ਹੋਈ ਹੈ ਪਰ ਪਹਿਲੇ ਦੋ ਪੁਆਇੰਟ ਜੋੜ ਕੇ ਰਾਤੇ ਮੁੰਡਿਆਂ ਨੇ ਸਾਫ ਕਰਤੇ ਉਹ ਬੱਲੇ ਕਹਿਣੇ ਵਾਲੀ ਆ ਪਰਮ ਨੰਬਰ ਜੋੜ ਗਿਆ ਤੀਜਾ ਆਪਣੀ ਟੀਮ ਦੇ ਲਈ ਗੁਰਲਾ ਕਰੋ ਗੱਲ ਸੋਹਣਿਆ ਵੀਰਾ ਰਾਜਸਰੀਆ ਜੱਸਾ ਤਿਆਰ ਬਰ ਤਿਆਰ ਹੈ ਲਓ ਸਾਹਮਣੇ ਰਾਜਸਰੀਆ ਜੱਸਾ ਖੇਡ ਗਰਾਊਂਡ ਦੇ ਅੰਦਰ ਗੱਭਰੂ ਤਿਆਰ ਬਰ ਤਿਆਰ ਆ ਮੇਰੇ ਮਿੱਤਰੋ ਰਾਜਸਰ ਪਿੰਡ ਦਾ ਮੇਰੇ ਮਿੱਤਰਾ ਸੰਤ ਰਾਮ ਉਦਾਸੀ ਦੀ ਧਰਤੀ ਹੈ ਵੀ ਮੰਗਦਾ ਰਹੀ ਵੇ ਸੂਰਜਾ ਕਮੀਆਂ ਮੈਂ ਵੇੜੇ ਧਰਤੀ ਮਾਤਰੀ ਗੋਦ ਨੂੰ ਚੰਨ ਹੋਰ ਬਥੇਰੇ ਜ਼ਿਕਰ ਹੁੰਦਾ ਨੌਜਵਾਨਾਂ ਆ ਖਿਡਾਰੀਆਂ ਦਾ ਉਹ ਮੁੰਡੇ ਪੱਲੇ ਪੱਲੇ ਕਰਵਾ ਰਹੇ ਹੈ ਸਰਵਿਸ ਕਰਨ ਦੇ ਲਈ ਰਾਜਸਰ ਦਾ ਜੱਸਾ ਤਿਆਰ ਬਰ ਤਿਆਰ ਹੈ ਵੀ ਤੂੰ ਪਾਜਰੂ ਨੀ ਜਾਣਦੀ ਨੂੰ ਨੀ ਜਾਣਦੀ ਵੱਡੀਏ ਮਜਾਜਣੇ ਤੂੰ ਆਓ ਗਿੱਲ ਨੂੰ ਨੀ ਜਾਣਦੀ ਆ ਮੁੰਡਾ ਗਿੱਲਾਂ ਦਾ ਕਮਾਲ ਦਾ ਖੇਡ ਦਾ ਪ੍ਰਦਰਸ਼ਨ ਕਰਦਾ ਗੱਭਰੂ ਦੁਨੀਆਂ ਜਾਣਦੀ ਹੈ ਮੁੰਡੇ ਨੂੰ ਆਓ ਚਰਚੇ ਮੁੰਡੇ ਦੀ ਖੇਡ ਦੇ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਔਰ ਨੰਬਰ ਮੇਰੇ ਮਿੱਤਰੋ ਮੈਨੂੰ ਲੱਗਦਾ ਵੀ ਚੌਥਾ ਜੋੜਨ ਲਈ ਗੱਭਰੂ ਤਿਆਰ ਬਰ ਤਿਆਰ ਹੈ ਮੈਚ ਬੜਾ ਚਾਂਦ ਰਹਾ ਬੱਲੇ ਬੱਲੇ ਪੰਜਵਾਂ ਜੋੜਤਾ ਲਾਰੀ ਮਾਰ ਦੋ ਯਾਰ ਜ਼ੋਰਦਾਰ ਉਧਰ ਹਾਲੇ ਖਾਤਾ ਨੀ ਖੁੱਲਿਆ ਤੇ ਇਧਰ ਨੰਬਰ ਆਹ ਮੁੰਡਿਆਂ ਨੇ ਪੰਜ ਜੋੜ ਦਿੱਤੇ ਆ ਪੰਜਵੇਂ ਤੋਂ ਛੇਵੇਂ ਦੀ ਕੋਸ਼ਿਸ਼ ਕਰਦੇ ਆ ਮੁੰਡੇ ਵੀ ਕੋਸ਼ਿਸ਼ ਤੇ ਕੀਤੀ ਏ ਲੱਭਣ ਲਈ ਲੱਖਾਂ ਨੇ ਜਿੰਨਾ ਨੂੰ ਤੂੰ ਦੱਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਇਸ ਡੁੱਬਦੀ ਬੇੜੀ ਨੂੰ ਹੰਕਾਰ ਨੇ ਮਾਰ ਲਿਆ ਉਹ ਤਰ ਕੇ ਪਾਰ ਸਮੁੰਦਰਾਂ ਤੋਂ ਜਿੰਨਾ ਗੁਰੂ ਨੂੰ ਧਾਰ ਲਿਆ ਇਸ ਡੁੱਬਦੀ ਬੇੜੀ ਨੂੰ ਆਹ ਹੁਣ ਤੇਰੀਆਂ ਅੱਖਾਂ ਨੇ ਜਿੰਨਾ ਨੂੰ ਤੂੰ ਦੱਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਲਓ ਸਾਹਮਣੇ ਇਧਰਲੇ ਪਾਸੇ ਕਮਾਲ ਦਾ ਨੰਬਰ ਜਿਹੜਾ ਇੱਕ ਹੋਰ ਜੁੜ ਗਿਆ ਹੈ ਪਹਿਲੇ ਪੁਆਇੰਟ ਜੋੜਦੇ ਆ ਯੂਪੀ ਵਾਲਿਓ ਆ ਮੈਚ ਦੇ ਵਿੱਚ ਹੁਣ ਤੇ ਵਾਪਸੀ ਕਰਨੀ ਪਊਗੀ ਆਹ ਮੁੰਡੇ ਅਗਲਾ ਨੰਬਰ ਜੋੜਨ ਦੇ ਲਈ ਫਿਰ ਜਿਹੜੇ ਤਿਆਰ ਬਰ ਤਿਆਰ ਹੋ ਗਿਆ ਹੈ ਵੀ ਸਦਾ ਜਿੱਤਦੀ ਹੈ ਤੇ ਉਹ ਤਾਂ ਬੰਦੀ ਜੰਗ ਨੂੰ ਉਹ ਇਕੱਲੇ ਜਿੱਤਦੇ ਵੀ ਹੁੰਦੇ ਕਦੇ ਹਥਿਆਰ ਬਈ ਹੈ ਤੇ ਜਾਨਦਾਰ ਬੰਦਿਆਂ ਨਾਲ ਰਹਿੰਦੇ ਆ ਤਾਂ ਰਹਿੰਦੀ ਆ ਫੀਲਿੰਗ ਸਾਡੀ ਸ਼ਾਨਦਾਰ ਬਈ ਹੈ ਰਾਏਸਰੀਏ ਜੱਸੇ ਨੇ ਵੱਡਾ ਫਰਕ ਆ ਬੱਤੀ ਨੀਡ ਜਿਹੜੀ ਮੁੰਡਿਆਂ ਨੇ ਬਣਾ ਲਈ ਹੈ ਖੇਡ ਦੇ ਮੈਦਾਨ ਚ ਐ ਵੀ ਗੁਰਲਾਲ ਕਰ ਗੱਲ ਮੇਰਾ ਵੀ ਹੋਰ ਬਾਈਆਂ ਨੂੰ ਵੀ ਨੀਂਦ ਲਾਇਆ ਕੋਈ ਵੱਖ ਵਾਲੀ
बहुत वधिया मैच है लवी वापसी ते हुण करनी पऊगी ढाबा वालिया आ लोकी गल्लां करदे भी आ मैच दे विच जिद्दां दी आ गलबात लोकां नूं सीगी आ भी उदां दी गलबात जिहड़ी हाले नजर नहीं कोई आई है हुण ते कुछ ना कुछ वखरा जिहड़ा करना पैणा है भी सूर जिता रहिंदे यार उह रोज ढलदे आ पर सूरमे जो अपनी ही चार चलते हैं कुछ वखरा करांगे इस जग तो बाकी जोधियां दी वखरी जमात हुंदी आ ते गल्लां भी उहनां दीआं हुंदीआं आ जिन्हां विच कोई है गलबात हुंदी आ इधर रायसरिया जस्सा गलती कर गया ढाबा वाला शेरू अगली सर्विस करन लई तैयार बर तैयार है जीरो ते सत्त है पहले नंबर की भाल दे विच आ मुंडे पहला नंबर कौन जोड़ूगा छोटू ते जां फिर नित वाला मुंडा कोई करदा कमाल जा फिर ढाबा वाला पाउंदा कोई था टप्पा धरती की हिक दे गल कहते मौके की हो कहते राय सरिए ने कमाल कर दिती है बाल जी ढाबा वाले शेरू की लागी है सत ते जीरो की टक्कर है भी मल पैन शरीर के जेड़े लाने मेहनत उठ गए धन जोर जवाना का लैजर भरिया मेला लुट गए यह अड़ियल घोड़े ने कर ही जाते ने मन मानी है राजे खेले हट पासे लुटियां पाउंदी फिरे जवानी है राजे खेले हट पासे लुटियां आ लुटियां पाउंदी फिरे जवानी है सवान बजिया पिया नंबर अठवां जोड़न दे लई है गबरू कहदे प्यार वर प्यार दे कौन जोड़दा पॉइंट अपनी टीम दे लई है ये ते गल कहदे मौके दी है कुछ ना कुछ करना पऊगा ये मुंडिया दी अख च पहले नंबर वाले कप दे लगदी मैनू तैयारी है तू भी खब्बी खान खवाना अपने आप नूं आ मैं जित के दिखावे तैनू फेर मंडिए चैने वाली आ कहते राजविंदर नंबर जोड़ गया है अठवां अपनी टीम दे लई अठ हो गए वीरे एट लाव अठ जीरो फाइनल मैच नाइन लाव हां जी हां जी फाइनल आ वीरे नौ जीरो लावी साइडां जिहड़ियां चेंज हो गईआं पहले नौ पॉइंट आ जिहड़े मेहंदी शर्मा क्लब चैने वाल दी टीम दे और यूपी वाले मुंडिया दा भई हले खाता नहीं खुलिया और जे चैने वाल दी टीम दा प्रदर्शन वधिया लग्गिया भई एक बारी ताड़ी तां मार दो यार चैने वाल दी टीम दे लई वड्डी टीम बणी अज दे सिखे टूरनामेंट च कमाल होई पई है हुण ते मसला जित्ता हारा दा नहीं है हुण ते पहले नंबर दा मसला बणिया पिया है भी कह दो भड्डिया बैलियां नूं क्यों पर हिक तण गया है रौला ते पहला सी हुण ते मसला बन गया है और रौला ते पहला सी हुण ते आ कहिंदे मसला बन गया पहले नंबर दी भाल दे विच आ मुंडे उधर नौ जुड़ गए इधर हाले खाता नहीं खुलिया ए बल्ले 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 रब उत्ते ने धरती थल्ले ढाबा वाला ट्राई करदा ए सवार वखरा रवि नहीं सी आए वीरे रवि नहीं सी आए दसवां 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 करदे फिरदे मुंडे और कहिंदे कमाल कर गया नेट वाला मुंडा सर्व चेंज जीरो ते नौ जीरो नौ सर्वस यूपी फतेहपुर टीम दी एक ना हो गए वीरे ला भी पहला नंबर जुड़ गया जेड़ा यूपी फतेहपुर दी टीम दे खाते विच एक ते नौ दा मुकाबला है और पहला वाले मैच दे विच भी हालात ते इदां ही सीगे पिछले मैच दे विच भी गलबात ते पहला ऐ जी सीगी आ मुंडिया ने बाद च लीड पट्टी आ दूजा 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 जोड़ता दो ते नौ दी टक्कर आ फाइनल मैच आ नेड़े तेड़े आउणगे जरूर गल जिहड़ी पक्की है छोटू माजरा नहीं आया वीरे छोटू फतेहपुर परले पहे नाल शेरू ढाबा ते कैमरे सामने सॉरी नाल यूपी शास्त्री 9-2 सर्विस चेंज ला भी 9-2 सर्विस चेंज है ਖਾਸੀ ਪੈਓ ਪਾਣੀ ਜੀ ਇਧਰ ਮੌਕਾ ਦੇ ਜਾਂ ਤੂੰ ਖਾ ਲਾ ਇਧਰ 9-2 ਦੀ ਜਿਹੜੀ ਖੇਡਾ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਨੰਬਰ ਮੇਰੇ ਮਿੱਤਰੋ ਮੁੰਡੇ 10ਵੇਂ ਦੀ ਭਾਲ ਦੇ ਵਿੱਚ ਆ ਖੇਡ ਮੈਦਾਨ ਦੇ ਅੰਦਰ ਮੈਚ ਬੜਾ ਜਾਨਦਾਰ ਖੇਡਿਆ ਜਾ ਰਿਹਾ ਹੈ ਗੋਪੀ ਦੇ ਜੋ ਬੱਲੇ ਮੁੰਡਿਆ ਬਾਈ ਨਜਾਇਜ਼ ਜੀ ਦਾ ਪੂਰਾ ਤਕੜਾ ਖੇਡੇ ਮੁੰਡੇ ਇੱਥੇ ਜਿਹੜੇ ਸਾਹ ਤੇ ਬਾਈ ਇੰਨੀ ਪਿੰਡ ਤਿਆਰੀ ਹੈ ਨਹੀਂ ਬਾਹਲਾ ਤਕੜਾ ਬਹੁਤ ਤਕੜਾ ਖੇਡੇ ਸਰਾ ਹੋਇਆ ਪਿਆ ਯਾਰ ਆਊਟ ਬਾਲ ਸਰਵਿਸ ਫੇਰ ਚੇਂਜ ਦਾਦਾ ਉਰੇ ਨੇ
ਦਾਖਲ ਹੋ। ਵਾਹਿਗੁਰੂ ਤੁਹਾਡੇ ਨਾਮ ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਔਰ ਮੁੰਡੇ ਨੰਬਰ ਮੈਂ ਵੇਖਦਾ ਵੀ ਤੀਜੇ ਦੀ ਭਾਲ ਦੇ ਵਿੱਚ ਹੈ ਵੀ ਕੁਝ ਬੰਦੇ ਨਸਲ ਦੇ ਹੋਣ ਅਜਗਰ ਮਾਰ ਕੁੰਡਲੀ ਜੜਾਂ ਦੇ ਵਿੱਚ ਬਹਿੰਦੇ ਆ। ਐਸੇ ਯਾਰਾਂ ਕੋਲ ਰੱਬ ਹੀ ਬਚਾਵੇ ਜਿੰਦਰਾ ਖਾ ਕੇ ਇੱਕ ਭਾਂਡੇ ਵਿੱਚ ਜੋ ਮਾੜਾ ਕਹਿੰਦੇ ਆ ਕਰਿਆ ਨਾ ਕਰ ਵਿਸ਼ਵਾਸ ਦਿਲਾ ਭੋਲਿਆ ਜਿੱਥੇ ਯਾਰ ਹੀ ਯਾਰ ਉੱਤੇ ਪਾਉਣ ਟੋਪੀਆਂ ਬਦਲਿਆ ਦੌਰ ਜਮਾਨਾ ਤੇਜ ਹੋ ਗਿਆ ਜੇ ਯਾਰੀ ਟੁੱਟੀ ਤੋਂ ਸੁਣਾਉਂਦੇ ਵੇਖੇ ਮੈਂ ਯਾਰ ਰੋਟੀਆਂ ਹਾਂ ਬਦਲਿਆ ਦੌਰ ਜਮਾਨਾ ਤੇਜ ਹੋ ਗਿਆ ਯਾਰੀ ਟੁੱਟੀ ਤੋਂ ਸੁਣਾਉਂਦੇ ਵੇਖੇ ਮੈਂ ਯਾਰ ਰੋਟੀਆਂ ਇਹ ਜ਼ਿਕਰ ਹੋਇਆ ਨਵਿਆ ਨਾ ਕਦੇ ਆਹ ਹੀਰ ਕੇ ਪਿੰਡ ਦੇ ਜਿੰਦਰ ਨੇ ਆ ਲਿਖੀਆਂ ਹੋਈਆਂ ਲਾਈਨਾਂ ਨੂੰ ਅਕਸਰ ਬੁਲਾਰੇ ਬੋਲਦੇ ਆ। ਇਧਰ ਨੰਬਰ ਜਿਹੜਾ ਤੀਜਾ ਮੁੰਡਿਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਤਿੰਨ ਤੇ ਨੌ ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਐਨ ਆਰ ਆਈ ਵੀਰਾਂ ਦੇ ਬਹੁਤ ਵੱਡੇ ਸਹਿਯੋਗ ਨੇ ਅੱਜ ਦੇ ਇਸ ਵੱਡੇ ਮੇਲੇ ਨੂੰ ਕਰਾਉਣ ਦੇ ਲਈ। ਨੰਬਰ ਮੇਰੇ ਮਿੱਤਰੋ ਚੌਥਾ ਜੋੜ ਦਿੱਤਾ ਆਓ ਗੱਭਰੂ ਵਾਲੇ ਆਪਣੀ ਟੀਮ ਦੇ ਲਈ ਚਾਰ ਤੇ ਨੌ ਦੀ ਟੱਕਰ ਹੈ ਚੈਣੇ ਵਾਲੀ। ਉਹ ਤੁਹਾਨੂੰ ਵੀ ਪਤਾ ਵੀ ਸ਼ੇਰੂ ਢਾਬਾ ਵਾਲਾ ਹਿੰਡ ਦਾ ਬਹੁਤ ਜ਼ਿਆਦਾ ਭੈੜਾ ਨੌਜਵਾਨ ਆ ਇਹਦੇ ਗੱਲ ਪੱਕੀ ਆ ਮੇਰੇ ਮਿੱਤਰਾਂ। ਆਹ ਮੈਚ ਬੜਾ ਵਧੀਆ ਖੇਡਿਆ ਜਾ ਰਿਹਾ ਪਰ ਸਾਹਮਣੇ ਗਲਤੀ ਗੱਭਰੂ ਨੇ ਵੱਡੀ ਕਰ ਦਿੱਤੀ ਹੈ। ਗਰਾਊਂਡ ਦੇ ਅੰਦਰ ਗਲਤੀ ਦੀ ਗੁੰਜਾਇਸ਼ ਨਹੀਂ ਵੀ ਰਿਹਾ। ਇੱਧਰ ਨੌ ਤੇ ਚਾਰ ਦੀ ਜਿਹੜੀ ਖੇਡ ਹੈ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਤਿੰਨ ਦੱਸੋ ਤਿੰਨ ਹੀ ਆ ਨਾ ਵੀਰੇ ਓਕੇ ਜੀ ਸੋਰੀ। ਨੌ ਤੇ ਤਿੰਨ ਦੀ ਜਿਹੜੀ ਖੇਡ ਆ ਉਹ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਨੌ ਨੰਬਰ ਆ ਮੇਰੇ ਮਿੱਤਰ ਚੈਨਲ ਦੀ ਟੀਮ ਦੇ ਔਰ ਤਿੰਨ ਨੰਬਰ ਆ ਮੈਂ ਵੇਖਦਾ ਵੀ ਇੱਧਰ ਫਤਿਹਪੁਰ ਯੂਪੀ ਦੀ ਟੀਮ ਦੇ ਮੰਡੀ ਸ਼ਰਮਾ ਕਲੱਬ ਚੈਨਲ ਦੀ ਟੀਮ ਇੱਕ ਵੱਡੀ ਟੀਮ ਹੈ। ਸਹਿਜਣਿਆਂ ਦੇ ਵਿੱਚ ਮੇਲਾ ਖੇਡਿਆ ਗਿਆ ਤੇ ਰਾਜਸਥਾਨ ਦੇ ਜੱਸੇ ਨੇ ਮੋਟਰਸਾਈਕਲ ਜਿੱਤਿਆ ਇਤਿਹਾਸ ਰਚਿਆ ਨੌਜਵਾਨ ਹੈ ਮੰਡੀ ਸ਼ਰਮਾ ਬਰਿਆਮ ਖੇੜੇ ਵਾਲੇ ਨੇ। ਆਹ ਮੁੰਡੇ ਦਾ ਕਹਿੰਦੇ ਵੱਡਾ ਮਾਣ ਕੀਤਾ ਤੇ ਕਹਿੰਦੇ ਪਰਮ ਦਾ ਵੀ ਮਾਣ ਮੇਰੇ ਮਿੱਤਰੋ ਗੱਭਰੂ ਨੇ ਗੱਡੀ ਦੇ ਨਾਲ ਕੀਤਾ। ਕਦੇ ਸੰਗਰੂਰ ਦੀਆਂ ਗੱਲਾਂ ਹੋਈਆਂ ਅੱਜ ਤਖਾਣਵਦ ਦੀ ਧਰਤੀ ਹੈ ਮੇਲਾ ਭਰ ਜੋੜ ਦੇ ਉੱਤੇ ਖੇਡਿਆ ਜਾ ਰਿਹਾ ਹੈ। ਫਾਈਨਲ ਮੈਚ ਵੀ ਹੁਣ ਮਨਸੂਬੇ ਨੇਕ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀ ਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਉਸ ਡਾਂਡੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਛੋਟੂ ਮਾਜਰਾ ਉਹ ਵੀ ਸਾਡਾ ਵੀਰ ਅੱਜ ਦੇ ਮੈਚਾਂ ਦੇ ਨਾਲ ਲਾਈਵ ਜੁੜਿਆ ਹੋਇਆ। ਵੀਰ ਕਹਿੰਦਾ ਵੀ ਜੇ ਫਤਿਹਪੁਰ ਯੂਪੀ ਦੀ ਟੀਮ ਜਿੱਤ ਜਾਵੇ ਤੇ ਆਪਾਂ ਸ਼ੇਰੂ ਦਾ ਸਨਮਾਨ ਆਉਣ ਵਾਲੇ ਕਿਸੇ ਵੀ ਵੱਡੇ ਮੇਲੇ ਤੇ 1100 ਦੇ ਨਾਲ ਕਰ ਦੇਣਾ। ਉਧਰ ਸਾਡੀ ਜ਼ਿੰਦਗੀ ਦਾ ਮਾਣ ਹੈ ਯਾਰਾਂ ਦਾ ਯਾਰ ਹੈ ਵੱਡਾ ਭਰਾ ਸਾਡਾ ਬੁੱਧ ਸਿੰਘ ਬਾਜਵਾ ਕੈਨੇਡਾ ਵਾਲਾ ਉਹ ਵੀ ਲਾਈਵ ਜੁੜਿਆ ਹੋਇਆ ਅੱਜ ਦੇ ਮੈਚਾਂ ਦੇ ਨਾਲ। ਉਹ ਕਹਿੰਦਾ ਵੀ ਜੇ ਰਾਜਸਥਾਨ ਦਾ ਜੱਸਾ ਜਿੰਨੀਆਂ ਸਿੰਗਲੈਂਡ ਦੀਆਂ ਸਮੈਸ਼ਾਂ ਮਾਰਦਾ ਹਰ ਉਹਨੇ ਜਿਹੜੇ 1100 ਦਿੱਤੇ ਜਾਣਗੇ ਉਹਨੇ 1100 ਦਿੱਤੇ ਜਾਣਗੇ। ਉਧਰ ਧੰਨਾ ਸਾਡਾ ਵੀਰ ਹੈ ਸਰ ਆਸਟ੍ਰੇਲੀਆ ਵਾਲਾ ਬਣਾਈ ਆਉਂਦਾ ਅੱਜ ਦੇ ਉਹ ਧੰਨੇ ਨੇ ਵੀ ਕਹਿੰਦੇ ਧੰਨ ਧੰਨ ਕਰਾਉਂਦੀ ਹੈ। ਮੈਂ ਵੀ ਦੱਸੂ ਨੰਬਰ ਦੱਸੋ ਵੀਰ ਆਪਾਂ ਸਾਂਝੇ ਕਰਦੀ ਹੈ ਵੀਰਾਂ ਨਾਲ ਤਿਆਰ ਪਰ ਤਿਆਰ ਹੈ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਦੇ ਵਿੱਚ ਮੈਦਾਨਾਂ ਦੇ ਉਹ ਦੇਖਣ ਵਾਲੇ ਹੁੰਦੇ ਦੋਸਤੋ ਚੌੜ ਜਵਾਨਾਂ ਦੇ ਹਾਲੇ ਤੇ ਮੈਚ ਬੜਾ ਬਾਕੀ ਆ ਮੈਚ ਬਹੁਤ ਤਕੜੇ ਲੱਗੇ ਯਾਰ ਛੋਟੂ ਕਹਿੰਦਾ ਤਖਾਣਵਦੀ ਧਰਤੀ ਦਾ ਐਂਡ ਹੋ ਗਿਆ ਕਹਿੰਦੇ ਯੂਪੀ ਵਾਲੇ ਤੇ ਢਾਬਾ ਵਾਲੇ ਸ਼ੇਰੂ ਦਾ ਮਾਣ ਪਾਉਣ ਵਾਲੇ ਕਿਸੇ ਵੀ ਟੂਰਨਾਮੈਂਟ ਤੇ 1100 ਦੀ ਨਗਦ ਰਾਸ਼ੀ ਨਾਲ ਕਰਾਂਗੇ ਛੋਟੂ ਮਾਜਰਾ ਜੀ ਬੁੱਧ ਸਿੰਘ ਬਾਜਵਾ ਦੱਸਦਾ ਸਾਡਾ ਬਹੁਤ ਤਕੜਾ ਲੱਗਿਆ ਮੈਚ ਦੱਸੇ ਸਹੀ ਆ ਗੱਲ ਦੱਸੇ ਵੀ ਹਰ ਇੱਕ ਸਿੰਗਲ ਹੈਡ ਦਾ ਪਾ ਐਂਡ ਲੱਗਿਆ ਮੈਚ ਐਂਡ 100 ਦੇਣਾ ਸਫਰ ਵਾਲੀ ਬਈ ਟੋਟਾ ਤੋਂ ਮਹਿੰਗੀ ਚੀਜ਼ ਜਿਹੜੀ ਆ ਜਿੱਤ 4 ਤੇਰੇ ਤੋਂ ਵਾਰਾਂਗੇ 12th ਜੋੜ ਗਿਆ ਮੁੰਡਾ ਆਪਣੀ ਟੀਮ ਦੇ ਲਈ। ਆਹ ਨੰਬਰ ਜਿਹੜਾ 12 ਹੋ ਗਿਆ ਮਿੱਤਰਾ 12-3 ਦੀ ਖੇਡ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ। ਜਿਹੜਾ ਪ੍ਰਦਰਸ਼ਨ ਅਜੇ ਚਾਂਗਲੀ ਦੀ ਟੀਮ ਨੇ ਕੀਤਾ
ਉਹ ਬੜੀ ਕਾਬਲੇ ਤਾਰੀਫ ਆ ਨੌਜਵਾਨਾਂ ਇਹ ਗੱਲ ਜਿਹੜੀ ਪੱਕੀ ਆ ਰਾਏਕੋਟ ਦੇ ਜਿੰਦਰ ਤੇ ਗੋਪੀ ਹੁਣੀ ਬਹੁਤ ਤਕੜਾ ਖੇਡੇ ਇੱਥੇ ਨੌਜਵਾਨ ਆਉਣ ਵਾਲੇ ਸਮੇਂ ਦੇ ਉਹ ਸਟਾਰ ਨੇ ਡਾਇਮੰਡ ਹੈ ਸਾਡੀ ਖੇਡ ਵਾਲੀਬਾਲ ਦੇ ਬਾਬਾ ਨਾਨਕ ਤਰੱਕੀਆਂ ਬਖਸ਼ੇ ਛੋਟੇ ਵੀਰਾਂ ਨੂੰ ਮੈਚ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਵੀ ਬਾਹਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਤੇ ਤੁੜਕਾ ਤੁੜਕਾ ਕਰਕੇ ਆਹ ਗੁੱਡੀ ਚੜਦੀ ਹੁੰਦੀ ਆ ਤੇ ਤੁੜਕਾ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਮੈਚ ਬੜਾ ਜਾਨਦਾਰ ਆ ਬੱਲੇ ਬੱਲੇ ਮੋੜਤੀ ਮੁੰਡਿਆਂ ਨੇ ਬਾਈ ਯਾਰ ਇੱਕ ਤਾੜੀ ਦਾ ਮਾਰ ਦੋ ਚੈਣੇ ਵਾਲੀ ਕਰਦੀ ਹੈ ਪਰ ਮੁੰਡਾ ਕਹਿੰਦੇ ਯੂਪੀ ਵਾਲਾ ਉਹ ਕਮਾਲ ਦਾ ਪੁਆਇੰਟ ਇੱਕ ਹੋਰ ਜੁੜ ਗਿਆ ਚੜਦੀ ਜਵਾਨੀ ਆ ਫਿਰ ਨੰਬਰ ਮੁੰਡੇ ਨੇ ਕਮਾਲ ਦਾ ਜੋੜ ਦਿੱਤਾ ਆਪਣੀ ਟੀਮ ਦੇ ਲਈ ਇਹਨੂੰ ਮੋਟਾ ਕਹਿੰਦੀ ਹੈ ਦੁਨੀਆ ਨੌਜਵਾਨ ਫਤਿਹਪੁਰੀ ਮੋਟਾ ਖੇਡ ਮੈਦਾਨ ਦੇ ਵਿੱਚ ਕਿਹੜੇ ਪਾਸੇ ਮੋਟਾ ਹਾਂ ਇਹਦਾ ਵੈਸੇ ਨਾਮ ਮੋਟਾ ਕਿੰਨੇ ਹੋ ਗਏ ਸਕੋਰ ਜੌਂਟੀ ਹਰ ਗਈ ਗੁਰਤੇਜ ਵੀਰੇ ਹਰ ਗਈ ਜੌਂਟੀ ਜੀ ਸਕੋਰ ਕਿੰਨੇ ਹੋ ਗਏ ਮੁੰਡਿਓ ਸੰਦੀਪ ਮਰਾੜ ਕਿਵੇਂ ਆ ਸੰਦੀਪ ਲਾ ਵੀ 3 12ਆਂ ਵੀਰੇ 3 12 ਮੈਨੂੰ ਲੱਗਦਾ 3 ਤੇ 12 ਦੀ ਫਾਈਨਲ ਮੈਚ ਵੱਡਾ ਫਰਕ ਹੈ ਔਰ ਫਰਕ ਇਥੋਂ ਘੱਟ ਵੀ ਸਕਦਾ ਤੇ ਫਰਕ ਮੁੰਡੇ ਵਧਾ ਵੀ ਸਕਦੇ ਨੇ ਪਰ ਇਧਰਲੇ ਪਾਸੇ ਮੋਟਾ ਕਹਿੰਦੇ ਕਰ ਗਿਆ ਗਲਤੀ ਆ ਔਰ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਸਰਵਿਸ ਕਰਨ ਦੇ ਲਈ ਚੋਬਰ ਕਹਿੰਦੇ ਫਿਰ ਤਿਆਰ ਪਰ ਤਿਆਰ ਨੇ ਵਧੀਆ ਵਧੀਆ ਸੰਦੀਪ ਮਰਾੜ ਵਧੀਆ ਬਈ ਘਨੌਰ ਵਾਲਾ ਮੇਰੇ ਹਿਸਾਬ ਨਾਲ ਸੰਦੀਪ ਮਰਾੜ ਹੈਪੀ ਚਾਹ ਲਹਿਰਾ ਗਾਗਾ ਕੈਨੇਡਾ ਬਹੁਤ ਬਹੁਤ ਸਵਾਗਤ ਆ ਜੀ ਉਧਰ ਭਰਾ ਸਾਡਾ ਹੈਪੀ ਆ ਲਹਿਰੇ ਗਾਗੇ ਵਾਲਾ ਜਾ ਵਸਿਆ ਵਿੱਚ ਕੈਨੇਡਾ ਦੇ ਉਹ ਵੀਰ ਵੀ ਅੱਜ ਦੇ ਮੈਚਾਂ ਨਾਲ ਲਾਈਵ ਜਿਹੜੇ ਦਿਲੋਂ ਦਵਾਵਾ ਵੀਰਾਂ ਦੇ ਲਈ ਔਰ ਚਰਚੇ ਮੇਰੇ ਮਿੱਤਰੋ ਕਬੂਤਰਬਾਜੀ ਦੀ ਦੁਨੀਆਂ ਦੇ ਵਿੱਚ ਵੱਡਾ ਨਾਮ ਹੈ ਸਾਡੇ ਵੀਰ ਦਾ ਔਰ ਚਰਚੇ ਦੁਨੀਆਂ ਦੇ ਅੰਦਰ ਪਰ ਇੱਧਰ ਮੈਂ ਵੇਖਦਾ ਵੀ ਗਲਤੀ ਗੱਭਰੂ ਨੇ ਇੱਕ ਹੋਰ ਵੱਡੀ ਕਰ ਦਿੱਤੀ ਹੈ ਵਾਓ ਇਹ ਨੌਜਵਾਨ ਮੈਚ ਬੜਾ ਜਾਨਦਾਰ ਖੇਡਿਆ ਜਾ ਰਿਹਾ ਹੈ ਇੱਧਰ ਸਰਵਿਸ ਕਰਨ ਦੇ ਲਈ ਗੱਭਰੂ ਤਿਆਰ ਬਰ ਤਿਆਰ ਨੇ ਮੇਰੇ ਮਿੱਤਰੋ ਇੱਕ ਪਾਸੇ ਮੈਂ ਵੇਖਦਾ ਵੀ ਜ਼ਿਲ੍ਹਾ ਮਾਨਸਾ ਮੁੰਡਿਆਂ ਨੂੰ ਪੈ ਜਾਂਦਾ ਚੈਣੇ ਵਾਲ ਪਿੰਡ ਕਿਸੇ ਜਾਨ ਪਹਿਚਾਣ ਦਾ ਮੁਹਤਾਜ ਨਹੀਂ ਇਲਾਕੇ ਦੇ ਖਿਡਾਰੀ ਖੇਡਦੇ ਆ ਪਰ ਇੱਧਰ ਮੇਰੇ ਮਿੱਤਰ ਮੁੰਡੇ ਯੂਪੀ ਵਾਲੇ ਆ ਆਹ ਕਮਾਲ ਕਰ ਗਏ ਆ ਹੱਸਦਾ ਮੇਰੇ ਮਿੱਤਰੋ ਵੀ ਦਿਨ ਲੰਘੇ ਹੱਸ ਖੇਡ ਕੇ ਹੋਰ ਚਾਹੀਦਾ ਵੀ ਕੀ ਆ ਭਲਾ ਬੰਦੇ ਨੂੰ ਪੁੱਛੋ ਜਾ ਕੇ ਹਾਲ ਤਾਂ ਜ਼ਰਾ ਬਈ ਯਾਰ ਉਹ ਲੱਗ ਗਈ ਨਜ਼ਰ ਜਿਹਦੇ ਧੱਬੇ ਨੂੰ ਲੋੜ ਜੋਗਾ ਕੰਮ ਮਿਲ ਜੇ ਇਹੋ ਸਬਰ ਸ਼ੁਕਰ ਨਾਲ ਕਰੀਦਾ ਉੱਚਿਆਂ ਦੇ ਬਲ ਵੇਖ ਕੇ ਬਾਬਾ ਐਵੇਂ ਨੀ ਉਹ ਝੁਰ ਝੁਰ ਮਰੀਦਾ ਇੱਕੋ ਹਜ਼ਾਰ ਰੱਸਾ ਪੀਂਗ ਜਾਂ ਗਲੇ ਚ ਪਾਲਾ ਫੰਦੇ ਨੂੰ ਦਿਨ ਲੰਘੇ ਹੱਸ ਖੇਡ ਕੇ ਤੇ ਹੋਰ ਚਾਹੀਦਾ ਵੀ ਕੀ ਆ ਭਲਾ ਬੰਦੇ ਨੂੰ ਚੈਨੇ ਵਾਲੀ ਪਰਮ ਨੇ ਫੇਰ ਮੇਰੇ ਮਿੱਤਰੋ ਇੱਕ ਹੋਰ ਟੱਪਾ ਪਾ ਦਿੱਤਾ ਹੈ ਕਮਾਲ ਹੋਈ ਪਈ ਹੈ ਵੀਰੇ 13 ਹੋ ਗਏ 14 13 ਤੇ 4 14ਵਾਂ ਨੰਬਰ ਜੋੜਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਨੇ ਆਹ ਢਾਬਾ ਵਾਲਾ ਇਧਰਲੇ ਪਾਸੇ ਮੁੰਡੇ ਦੀ ਅੱਖ ਤੇ ਇਹਦੀ ਐਲਈਡੀ ਤੇ ਬੱਲੇ 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 ਸਵਾਲ ਵੱਜਿਆ ਪਿਆ ਨੰਬਰ ਆਹ ਕੌਣ ਜੋੜਦਾ ਆਪਣੀ ਟੀਮ ਦੇ ਲਈ ਵਾਹ ਵਾਹ ਅੱਜ ਦੇ ਕਹਿੰਦੇ ਰਾਜਵਿੰਦਰ ਵੀ ਪੂਰਾ ਫਿੱਟ ਹੋਇਆ ਫਿਰਦਾ ਹੈ ਰਾਏ ਸਰੀਏ ਜੱਸੇ ਨੂੰ ਸੱਦਿਆ ਤੇ ਟੀਮ ਕਹਿੰਦੇ ਸਟਰੋਂਗ ਉਹ ਮੁੰਡਿਆਂ ਨੇ ਬਣਾਈ ਹੋਈ ਹੈ ਪਰ ਜਿੰਨਾ ਟਾਈਮ ਖੜਾ ਢਾਬਾ ਵਾਲਾ ਤੇ ਲੋਕਾਂ ਦੀ ਤਸਵੀਰ ਜਿਹੜੀ ਇੱਕ ਵੱਡੀ ਹੈ ਜੱਸਾ ਸ਼ੇਰੂ ਜਾਂ ਸ਼ਾਸਤਰੀ ਦੇ ਬਾਲ ਲਾਵੇ 2100 ਦੀ ਨਾਲ ਹੀ ਜੱਸਾ ਰਾਏ ਸਰੀਆ ਜੇ ਸ਼ੇਰੂ ਜਾਂ ਸ਼ਾਸਤਰੀ ਦੇ ਸ਼ਾਸਤਰੀ ਦੇ ਬਾਲ ਲਾਵੇ ਤੇ 2100 ਦੀ ਹੋਵੇਗੀ ਬੁੱਧ ਸਿੰਘ ਬਾਜਵਾ ਕੈਨੇਡਾ ਦੇ ਵਿੱਚ ਵਸਦਾ ਹੈ ਉਹ ਕਹਿੰਦਾ ਆਪਾਂ 2100 ਦੇਵਾਂਗੇ ਵਾਹ ਬਈ ਵਾਹ ਟਾਪ ਨੋਚ ਕੰਮ ਕੀਤਾ ਪਿਆ ਇਧਰ ਵਾਹ ਬਈ ਵਾਹ ਮੈਚ ਬਹੁਤ ਤਕੜਾ ਮੈਚ ਦੇ ਵਾਕਈ ਢਿੱਲੋਂ ਤਕੜਾ ਹੀ ਆ
और सपोर्टा भी तगड़िया वीर वालों वड्डी सपोर्ट आ साडा वीर धन्ना जदों जदों भी लाइव ते आउंदा ते धन धन करवा दिंदा है और नाल जसप्रीत भंगू होनी होर भी जिहड़े वीर अज दे इस खेड टूरनामेंट दे नाल जुड़े होए आ सारे भरावां दा विशेष तौर ते धन्नवाद जिन्ने भी संगत है सारी संगत आपां देर नहीं दे सकदे रुकी ने ग्राउंड तैयार कीते सब तों पहलां आ के इह भरावां दा भी दिलों धन्नवाद साउंड वाले वीर दा भी दिलों शुक्रिया जी है और जिहड़े भरावां ने जिद्दां भी सपोर्ट कीती जिहड़े ऑफिशियल भरा जिन्हां ने रैफरी जां स्कोर लग के अज दे इस खेड टूरनामेंट विच साडा साथ दित्ता है ओ कल्ले कल्ले वीर दा दिलों धन्नवाद लो 13 तों 14 करन दे लई चैने वाली आ कहिंदे पहलवान तैयार वर तैयार है चुबर खेड दे मैदान दे विच बहुत कहिंदे तगड़ा डिफेंसर है खेड बल्लीवाल दा पर 13 तों 14 इहदे अटैक नाल होणगे 13 तों 14 ते बाल कोई मारिया होणिया ओ चैने वाली आ फरला पजाउंदी जांदी बाल माण करना पर जसविंदर ढिलों का एक वड्डा सरप्राइज है लो 14 ते कदे 5 दा मुकाबला है तिना कु पॉइंटा दी जिहड़ी खेड बाकी रहिंदी है ढाबा वालिया जे काबू आउंदे ते कर ला नहीं मैनू अज मूड च लगते नहीं रुकण दे इधरले पासे कहते कमाल करती वाह मुंडिया बड़ा तगड़ा पॉइंट मुंडे ने जोड़ता है शेरू लई 500 परमिंदर गरियाला आंडलू पिंडा भरा दिते जाए हारे जोर बहुत लाई आंदा मुंडा ठीक है जी नाल ही परमिंदर गरियाल आंडलू पिंड बहुत बहुत धन्यवाद मैं ते करदा परमिंदर भरा साडा आंडलू पिंड वाला और उस वीर दा भी दिलों धन्यवाद खेड ग्राउंडा दा शिंगार आ वीर साडा ਖੇਡਾਂ ਨੂੰ ਬਹੁਤ ਪਿਆਰ ਕਰਦਾ ਹੈ ਸ਼ੇਰੂ ਦੇ ਲਈ 500 ਦੇ ਵੱਡੇ ਮਨ ਪੁੱਜਦੇ ਕੀਤੇ ਵੀਰ ਨੇ ਜਵਾਬਾਂ ਨੇ 7 ਜਨਵਰੀ ਸੀ ਇਹਨਾਂ ਦੇ ਪਿੰਡ ਦਾ ਬਿੱਲ ਦੀ ਨੌਜਵਾਨ 7 ਜਨਵਰੀ ਨੂੰ ਸੁੱਖੇ ਦੇ ਮੁੰਡੇ ਦੀ ਜਿਹੜੀ ਲੋਹੜੀ ਸੀ ਮੈਨੂੰ ਤਾਂ ਨਹੀਂ ਜਾਇਆ ਜਿਹੜਾ ਤੁਹਾਡੇ ਤੋਂ ਨਹੀਂ ਆ ਗਿਆ ਤੇ ਦਾਸ ਨੇ ਇੱਥੇ ਹਾਜ਼ਰੀ ਲਵਾਈ ਓਕੇ ਪਰਮਿੰਦਰ ਗਰੇ ਮੈਂ ਪਛਾਣਿਆ ਮੈਂ ਤੁਹਾਨੂੰ ਮੈਥੋਂ ਆਇਆ ਨਹੀਂ ਗਿਆ ਤੁਹਾਡੇ ਪਿੰਡ ਦੀ ਲੋਹੜੀ ਸੀ ਮੇਰੇ ਪਿੰਡ ਨਾ ਸੁੱਖੇ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਮਰਿੰਦਰ ਜੀਤ ਕੈਨੇਡਾ ਨਹੀਂ ਆਪਰੇ ਪਿੱਤਲ ਵੱਡੀ ਵਾਲਿਆ ਤੇ ਜਿਹੜੇ ਤੇ ਪਲੇਅਰ ਤੇ ਪੈਸੇ ਨਾ ਲੱਗੇ ਹੁਣ ਆਨੂ ਫੁੱਟਬਾਲ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਮੁੰਡਿਆਂ ਦਾ ਪਰ ਲਾਓ दो मुंडा की खेड जारी बाकी है ढाबा वाले कोई ना कोई तरकीब हम कदनी पैनी हल कोई करना पौगा जे मुंडिया नु रोकना है फिर कुछ वखरे तरीके वखरे तरीके रोकना पैना है और खेड के मैदान गहरे झल्ला दे बब्बर शेर ना रहिंदे गुजे कौन थले तूफाना नु सागर विच नहीं पैंदे कुजे कौन थले तूफाना नु सागर विच नहीं पैंदे कुजे 14 15 ਤੇ 5 ਦਾ ਮੁਕਾਬਲਾ ਗੁਰਲਾਲ 10 ਪੁਆਇੰਟਾਂ ਦਾ ਫਰਕ ਹੈ 1-2 ਪੁਆਇੰਟ ਰਾਉ ਸਾਹਮਣੇ ਇਧਰ 15 ਤੇ 5 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਮੈਚ ਬਹੁਤ ਚੋਟੀ ਦਾ ਖੇਡ ਹੈ ਆਂਡਲੂ ਦੀ ਧਰਤੀ ਦੇ ਇਸ ਵਰੇ ਵੀ ਵੱਡਾ ਮੇਲਾ ਹੋਵੇਗਾ 2024 ਦੇ ਵਿੱਚ ਵੀਰਾਂ ਨੇ ਦੱਸਿਆ ਜ਼ਰੂਰ ਸੀ ਨੌਜਵਾਨਾਂ ਹੈ ਤੇ ਭਰਾ ਕਹਿੰਦੇ ਸੀ ਵੀ ਆਪਾਂ ਫਰਵਰੀ ਦੇ ਲਾਸਟ ਦੇ ਵਿੱਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਮੇਲਾ ਹੋਵੇਗਾ ਜ਼ਰੂਰ ਉਸ ਧਰਤੀ ਤੇ ਆਂਡਲੂ ਦੇ ਵਿੱਚ ਨੌਜਵਾਨਾਂ ਹੈ ਪਰ ਇੱਧਰ ਵੀ ਖੇਡ ਮੈਦਾਨ ਦੇ ਵਿੱਚ ਆਹ ਦੁਨੀਆ ਵੱਡੇ ਪੱਧਰ ਦੇ ਉੱਤੇ ਮੇਰੇ ਮਿੱਤਰੋ ਜੁੜੀ ਹੋਈ ਹੈ ਆਹ ਬੱਲੇ ਬੱਲੇ ਹੋਈ ਪਈ ਹੈ ਨੌਜਵਾਨ ਖਿਡਾਰੀ ਜਿਹੜੇ ਪੁੱਜੇ ਹੋਏ ਆ ਅੱਜ ਆਪਣਾ ਤੁਹਾਡਾ 500 ਦਾ ਆ ਗਿਆ ਮੇਰੇ ਕੋਲੇ ਵੀਰੇ ਬੱਲੇ ਬੱਲੇ ਜੱਸੇ ਲਈ ਗਿਆ ਜੱਸੇ ਨੂੰ 1100 ਅਮਰਿੰਦਰਜੀਤ ਕੈਨੇਡਾ ਘੁਰਕਣੀ ਪਿੰਡ ਅਮਰਿੰਦਰਜੀਤ ਘੁਰਕਣੀ ਪਿੰਡ ਆ ਸਾਡੇ ਵੀਰ ਦਾ ਸਰੀਏ ਜੱਸੇ ਦੇ ਲਈ 1100 ਦੇ ਵੱਡੇ ਮਾਨ ਭੇਜੇ ਆ ਬਹੁਤ ਬਹੁਤ ਧੰਨਵਾਦ ਘੁਰਕਣੀ ਜੀ ਪਿੰਡ ਕਿੱਥੇ ਰਹਿ ਗਿਆ ਦੇ ਲਾਗੇ ਗੁਆਂਢੀ ਪਿੰਡ ਆ ਮੇਰੇ ਖਿਆਲ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਘੁਰਕਣੀ ਕੁਰਕਣੀ ਜਾਣਕਾਰੀ ਦਾ ਚਾਹੀਦੀ ਆ ਕੁਰਕਣੀ ਪਿੰਡ ਵਾਲਾ ਸਾਡਾ ਵੀਰ ਹੈ ਕਿਹੜਾ ਪਿੰਡ
देखी जे है मैं बाद चो दिना कमेटी वाले तू तू दे लाल शेर सिंह जी बहुत धन्यवाद शुक्रिया लो जी 500 पौ दा करता जी परविंदर गरे वाला आंडलू वाला आंदा जी 500 रुपया सेरू कोले जस्सा जी राय सर दा जस्सा आके अपने पैसे ले जावे नाल ही मेरे बेस्ट सुन लो जी अज दे इस खेल टूर्नामेंट दी बेस्ट भी सुन लियो रे बेस्ट शूटर आ जड़े इस खेल टूर्नामेंट दा राय सरिया जस्सा जस्सा बेस्ट शूटर रे लो जी अमरिंदर जी भुरकड़ी जी 1100 रुपया थोड़ा पौ दा करता जी अज दे इस खेल टूर्नामेंट दा बाबा नानक सुख रखे जमल आलिया दूसरे नंबर दिलशाद गरलाल सहजना पिंड तेरे लिए सन्मान उबोध सिंह बाजवा कनेडा वालों इतने सो नहीं होते लोग बरिंदर बचत रहेगी मैं लिहाज रहा नवे मुंडे ज्यादा हम देरी ना लाओ मेरा भरा बन के समा बहुत हो गया आओ मेरा भी हेलो मैं भी आओ मेरा भी फतेहपुरी जगेंद्र जी भाई साहब रोहतक छोटू फतेहपुर की टीम बहुत तगड़ा खेडी टीम मुबारका जी बहुत बहुत सारी टीम सैकंड प्राइज छोटू फतेहपुर की टीम छोटू फतेहपुर की टीम सैकंड प्राइज जी डंडी शर्मा क्लब कैनिया की टीम ने खिलाड़ी आओ जी ग्राउंड इधरले पासे बंद कर ला मैनू पता दस हेलो मैं भी सज्जन आओ मेरा वीर सारे जाने
ਲਓ ਜੀ ਵੀਰੇ ਅੱਜ ਦੀ ਚੈਂਪੀਅਨ ਟੀਮ ਚਣਿਆ ਤਕੜਾ ਪ੍ਰਦਰਸ਼ਨ ਹੈ ਜਿਹੜੇ ਇਸ ਖੇਡ ਟੂਰਨਾਮੈਂਟ ਦੀ ਪਹਿਲੇ ਨੰਬਰ ਦੀ ਜੇਤੂ ਰਹਿਣ ਵਾਲੀ ਟੀਮ ਹੈ ਮੈਂਡੀ ਸ਼ਰਮਾ ਨਾਲ ਚਣਿਆ ਦੀ ਟੀਮ ਪਹਿਲੇ ਨੰਬਰ ਤੇ ਰਹੀ ਹੈ ਇੱਕ ਵਾਰੀ ਤਾੜੀ ਮਾਰਦੇ ਆ ਰਵੀਰ ਦਾ ਲਓ ਜੀ ਫਸਟ ਪ੍ਰਾਈਜ਼ ਚਣਿਆ ਦੀ ਟੀਮ ਜੀ ਸਜਨ ਤੇ ਜੱਸਾ ਖੇਡੇ ਬਹੁਤ ਤਕੜੀ ਖੇਡੀ ਟੀਮ ਫਸਟ ਪ੍ਰਾਈਜ਼ ਚਣਿਆ ਦੀ ਟੀਮ ਜੀ ਮੈਂਡੀ ਸ਼ਰਮਾ ਕਲੱਬ ਜੱਸੇ ਨੂੰ ਵੱਡੀ ਮੁਬਾਰਕ ਹੈ ਹੁਣੇ ਐਲਡੀਆਂ ਦੇ ਜੱਟੂ ਬਣੇ ਜੀ ਐਲਈਡੀਆਂ ਦੀ ਬੈਸਟਾਂ ਨੂੰ 32 ਇੰਚੀ ਐਲਈਡੀਆਂ ਜੱਸਾ ਤੇ ਪਰਮ ਅੱਜ ਦੇ ਆਪਣੇ ਟੂਰਨਾਮੈਂਟ ਦੇ ਹੀਰੋ ਬੈਟ ਸ਼ੂਟਰ ਤੇ ਨੈਟਮੈਨ ਜੱਸਾ ਤੇ ਪਰਮ ਜਣਿਆ ਤਖਾਣ ਵੱਧ ਦਾ ਮੇਲਾ ਸਫਲ ਹੋ ਨਿਬੜਿਆ ਬਹੁਤ ਬਹੁਤ ਧੰਨਵਾਦ ਜਿਹੜੇ ਭਰਾਵਾਂ ਨੇ ਆਨੰਦ ਮਾਣਿਆ ਸ਼ੇਅਰ ਕੀਤਾ ਦਿਲ ਤੋਂ ਧੰਨਵਾਦ ਮਿਲਦੇ ਆ ਜੀ ਟੂਰਨਾਮੈਂਟ ਦੇ ਥੈਂਕ ਯੂ ਸੋ ਮਚ ਸਾਰੇ ਭਰਾਵਾਂ ਦਾ ਲਵ ਯੂ ਆਲ ਥੈਂਕ ਯੂ ਵੀਰੇ